ਪਿਛਲੇ ਮਹੀਨੇ ਰੋਜ਼ਗਾਰ ਦੀ ਇੱਕ ਸੀਨੀਅਰ ਸਹਾਇਕ ਜਸਵਿੰਦਰ ਕੌਰ ਨੂੰ ਲੁਧਿਆਣਾ ਦੀ ADC ਸੋਨਾ ਅਗਰਵਾਲ ਨੇ ਇੱਕ ਕਮਰੇ 'ਚ ਬੰਦ ਕਰਕੇ ਪੀੜਤ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਕਈ ਸਰਕਾਰੀ ਜਥੇਬੰਦੀਆਂ ਜਸਵਿੰਦਰ ਕੌਰ ਦੇ ਹੱਕ ਵਿੱਚ ਇਕੱਠੀਆਂ ਹੋਈਆਂ ਸਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਵੱਲੋਂ ਵੀ ਜਸਵਿੰਦਰ ਨੂੰ ਇਨਸਾਫ ਦਿਵਾਏ ਜਾਣ ਦੀ ਗੱਲ ਆਖੀ ਗਈ ਸੀ। ਪਰ ਜਸਵਿੰਦਰ ਕੌਰ ਨੂੰ ਕੋਈ ਇਨਸਾਫ ਨਾ ਮਿਲਣ ਕਰਕੇ ਉਸ ਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਹੁਣ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਹਾਈ ਕੋਰਟ ਵੱਲੋਂ ਸੁਣਵਾਈ ਲਈ ਅਗਲੀ ਤਾਰੀਖ 28 ਜਨਵਰੀ 2019 ਤੈਅ ਕੀਤੀ ਗਈ ਹੈ, ਜਿੱਥੇ ਉਹਨਾਂ ਨੂੰ ਇਨਸਾਫ ਮਿਲਣ ਦੀ ਕੁਝ ਆਸ ਜਾਗੀ ਹੈ। ਇਸ ਕਰਕੇ ਸੀਗਾ ਕਿ ਮੇਰੀ ਤੇ ਅਜੇ ਤੱਕ ਕੋਈ ਵੀ ਸੁਣਾਈ ਨਹੀਂ ਹੋਈ, ਮਾਂ ਜੋ DC ਸਾਹਿਬ ਨੇ ਕੋਈ ਹਜੇ ਤੱਕ ਸੁਣਾਈ ਨਹੀਂ ਹੋਈ, ਜਿਸ ਕਰਕੇ ਮੈਨੂੰ ਹਾਈ ਕੋਰਟ ਜਾਣਾ ਪਿਆ। ਉਹਦੀ ਸ਼ਾਨ ਦੇ ਵਿੱਚ ਜਾ ਕੇ ਕੱਲ੍ਹ ਮੈਂ ਪੇਸ਼ ਹੋਈ, ਖੁਦ ਉੱਥੇ ਆਪ ਗਈ, ਕੋਰਟ ਕੇਸ ਅਟੈਂਡ ਕੀਤਾ। ਉਹਦੇ 'ਚ ਮਾਨਯੋਗ ਐਡਵੋਕੇਟ ਜਨਰਲ ਨੂੰ ਬੁਲਾਇਆ ਗਿਆ ਸੀ, ਜਿਹੜੇ ਕਿ ਉਹ ਪੇਸ਼ ਹੋਏ ਕਿ ਉਹਨਾਂ ਨੂੰ ਆਪਣਾ ਜਾਇਦਾਦ ਪੇਸ਼ ਕੀਤਾ ਗਿਆ, ਜੋ ਕਿ ਉਹਨਾਂ ਨੇ ਜੱਜ ਸਾਹਿਬ ਜੀ ਨੂੰ, ਮਾਨਯੋਗ ਜੱਜ ਸਾਹਿਬ ਜੀ ਨੂੰ ਪੇਸ਼ ਕੀਤਾ। ਅਤੇ ਮੇਰੇ ਵਕੀਲ ਨੇ ਉਹ ਜਾਇਦਾਦ ਦੀ ਅਗਲੀ ਡੇਟ ਹੈਗੀ 28/1/19 ਔਰ ਉਹ ਪੇਸ਼ ਕੀਤਾ ਜਾਊਗਾ। ਉਸ ਤੋਂ ਬਾਅਦ ਡੇਟ ਤੋਂ ਬਾਅਦ ਅਸੀਂ ਜਦੋਂ ਵਾਪਸ ਹੋਏ, ਘੰਟੇ ਕੁ ਬਾਅਦ ਸਰਦਾਰ ਮਾਨਯੋਗ ਅਕਵਾਲ ਸਿੰਘ ਸਿੱਧੂ ADC ਜਨਰਲ ਦਾ ਫੋਨ ਮੇਰੇ ਹਸਬੈਂਡ ਰਾਜਪਾਲ ਜੀ ਨੂੰ ਆਇਆ, ਜੋ ਕਿ ਉਹ ਕਹਿ ਰਹੇ ਨੇ ਕੱਲ੍ਹ ਨੂੰ ਡੀਸੀ ਸਾਹਿਬ ਚੰਡੀਗੜ੍ਹ ਫ੍ਰੀ ਨਹੀਂ ਹੈਗੇ ਅਤੇ ਪਰਸੋਂ ਨੂੰ ਉਹਨਾਂ ਨੇ ਕੈਂਪਸ ਵਿੱਚ ਪੇਸ਼ ਹੋ ਜਾਓ ਸ਼ਨੀਵਾਰ ਨੂੰ 12 ਵਜੇ। ਰੀਜ਼ਨ ਕੀ ਰਿਹਾ, ਤੁਹਾਨੂੰ ਕਿਉਂ ਨਹੀਂ ਤੁਹਾਡੀ ਗੱਲ ਸੁਣੀ ਗਈ? ਇਹ ਤਾਂ ਹੁਣ ਜੀ ਪਤਾ ਨਹੀਂ, ਅਫਸਰ ਤੋਂ ਇਹ ਕਰਦਾ ਹੁੰਦਾ, ਮੇਰੀ ਤਾਂ ਮੈਨੂੰ ਲੱਗਦਾ ਸੁਣਾਈ ਨਹੀਂ ਹੋ ਰਹੀ। ਮਾਮਲਾ ਇਹ ਸੀਗਾ ਕਿ ਜਿਹੜੀ ਮੈਨੂੰ 5 ਤਰੀਕ ਨੂੰ ADC ਸ਼ੀਨਾ ਅਗਰਵਾਲ ਨੇ ਆਪਣੇ ਘਰ ਵਿੱਚ ਬੁਲਾਇਆ ਸੀਗਾ, ਔਰ ਉਹ ਮੇਰੇ ਨਾਲ ਬਹੁਤ ਬਦਸਲੂਕੀ ਕੀਤੀ ਗਈ। ਫਿਰ ਮੈਨੂੰ 6 ਤਰੀਕ ਨੂੰ ਉਹਨੇ ADC ਸ਼ੀਨਾ ਅਗਰਵਾਲ ਨੇ ਆਪਣੇ ਵੇਟਿੰਗ ਰੂਮ ਦੇ ਵਿੱਚ ਬੰਦ ਕਮਰੇ ਵਿੱਚ ਬੰਦ ਕੀਤਾ ਗਿਆ ਕਿ ਜਿੱਥੇ ਨਾ ਲਾਈਟ ਸੀ ਨਾ ਪਾਣੀ ਸੀ, ਲਗਭਗ ਮੈਂ 3 ਘੰਟੇ ਅੰਦਰ ਰਹੀ ਹਾਂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ SS ਪਨੇਸਰ ਦੇ ਨਾਲ ਫੌਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।